ਲੁਧਿਆਣਾ ਵਿੱਚ ਬਸਤੀ ਜੋਧੇਵਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਆਪਣੇ ਆਪ ਨੂੰ ਇੱਕ ਚੈਨਲ ਦਾ ਪੱਤਰਕਾਰ ਦੱਸਣ ਵਾਲੇ ਆਰੋਪੀ ਨੂੰ 11 ਗ੍ਰਾਮ ਹੈਰੋਇਨ, 1350 ਨਸ਼ੀਲੀਆਂ ਗੋਲੀਆਂ ਅਤੇ 28,600 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ADCP ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਕਾਬੂ ਕੀਤੇ ਆਰੋਪੀ ਦੀ ਨਿਸ਼ਾਨਦੇਹੀ ਉਹਦੇ ਉੱਤੇ ਹੀ 4 ਹੋਰ ਸਨੇਚਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਨੇ ਇੱਕ ਏਰੀਆ ਦਾ ਬਹੁਤ ਵੱਡਾ ਸਮਗਲਰ ਹੈ ਜਿਹਦਾ ਨਾਮ ਮੁਹੰਮਦ ਇਸਲਾਮ, ਉਹਨੂੰ ਅਰੈਸਟ ਕੀਤਾ। ਉਹਦੇ ਤੋਂ 11 ਗ੍ਰਾਮ ਹੀਰੋਇਨ ਔਰ 1350 ਨਸ਼ੀਲੀਆਂ ਗੋਲੀਆਂ ਪਲੱਸ 28,000 ਰੁਪਇਆ ਜਿਹੜਾ ਡਰੱਗ ਮਨੀ ਸੀ ਉਹ। ਅਤੇ ਆਪਣਾ ਉਹਨੇ ਦੱਸਿਆ ਵੀ ਮੈਂ ਇਹ ਕਿੱਥੋਂ ਲੈ ਕੇ ਆਉਂਦਾ, ਉਹ ਹੈਗਾ ਸੋਨੂੰ ਤਲਵੰਡੀ ਦਾ, ਤਲਵੰਡੀ ਪਿੰਡ ਆ ਜਿਹੜਾ ਇਹ ਸਲੇਮ ਟਾਵਰੀ 'ਚ ਪੈਂਦਾ। ਤਾਂ ACP ਲਖਵੀਰ ਟਵਾਣਾ ਜੀ ਨੇ ਉੱਥੇ SHO ਨੂੰ ਡਾਇਰੈਕਸ਼ਨ ਦਿੱਤੀ, ਤਾਂ ਉਹਨੇ ਜਦੋਂ ਉੱਥੇ ਰੇਡ ਕੀਤੀ ਤਾਂ ਰਸਤੇ 'ਚ ਹੀ ਮਿਲ ਗਿਆ ਉਹ ਤਲਵੰਡੀ ਜਾਂਦੇ ਨੂੰ। ਔਰ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸੁੱਟ ਕੇ ਸੋਨੂੰ ਭੱਜ ਗਿਆ। ਮੋਟਰਸਾਈਕਲ 'ਚੋਂ 8 ਗ੍ਰਾਮ ਹੀਰੋਇਨ ਮਿਲੀ, ਉਹਦਾ ਸਲੇਮ ਟਾਵਰੀ 8 ਕੇਸ ਰਜਿਸਟਰ ਕਰਤਾ। ਜਦੋਂ ਮਾਧਵੀ ਸ਼ਰਮਾ ਨੇ ਹੋਰ ਜ਼ਿਆਦਾ ਇਹਦੀ ਇੰਟੈਰੋਗੇਸ਼ਨ ਪੁੱਛਗਿੱਛ ਕੀਤੀ ਤਾਂ ਇਹ ਜਿਹੜਾ ਇਸਲਾਮ ਆ ਇਹਨੇ ਦੱਸਿਆ ਵੀ ਮੇਰੇ ਤੋਂ ਬਹੁਤ ਜਾਂਦੇ ਬੰਦੇ ਲੈ ਕੇ, ਦਿਨ 'ਚ ਕਈ ਵਾਰੀ 40-50 ਬੰਦੇ ਲੈ ਜਾਂਦੇ ਨੇ ਛੋਟੀ ਛੋਟੀ ਹੀਰੋਇਨ। ਅਤੇ ਉਹਦੇ 'ਚੋਂ ਜਦੋਂ ਮੇਨ ਜਿਹੜੇ ਬੰਦਿਆਂ ਦੇ ਨਾਂ ਸੀਗੇ ਉਹ ਤੁਹਾਨੂੰ ਦੱਸਦੇ ਨੇ, ਉਹਨਾਂ ਨੂੰ ਰਾਊਂਡ ਅਪ ਕੀਤਾ ਤਾਂ ਉਹਨਾਂ ਕੋਲੋਂ 15 ਮੋਬਾਈਲ, 2 ਬਾਈਕ ਹੋਰ ਖਬਰ ਕੀਤੀ।